सत श्री अकाल, तुसी देख रहे हो दीपक चैनल पंजाबी ते मैं हां दीपक चानणा। लुधियाणा दे विच गल करिए तां पुलिस वल्लों थोड़े दिनां दे विच अज दूजा एनकाउंटर कर दिता गया है। लुधियाणा दे माछीवाड़ा तोहाड़ा रोड दे उत्ते असीं स्थित हां, पंजेटा पिंड दे विच मौजूद हां। तस्वीरां च तुसी देख सकदे हो जिथे पुलिस ते गैंगस्टरां विचाले कमिश्नर जिहड़े लुधियाणा दे कुलदीप चाहल मौके ते पहुंच चुके ने। तस्वीरां तुसी देख सकदे हो जायजा लैण दे लई उस जगह दे उत्ते जिस जगह दे उत्ते एनकाउंटर होया उस जगह दे उत्ते सीपी ने जिहड़े लुधियाणा दे कमिश्नर ने कुलदीप चाहल वह पहुंच चुके ने। सारी जानकारी है जिहड़ी लुधियाणा दे कमिश्नर कुलदीप चाहल वल्लों सांझी कीती जाऊगी मीडिया दे नाल रूबरू होणगे। तो तस्वीरां तुसीं देख सकदे हो सारी जानकारी है जिहड़ी दित्ती जाऊगी कि किन्ने गैंगस्टर सीगे तुहाडे नाल तुसीं मगर आ रहे सी जिथे उन्हां दे मारे ਉਹ ਸੀਪੀ ਸਾਹਿਬ ਆਲਰੇਡੀ ਦੱਸ ਕੇ ਜਾ ਚੁੱਕੇ ਨੇ ਯਾਰ ਵਾਰ ਵਾਰ ਕਿਹਾ ਜਾ ਰਿਹਾ ਸਰ ਤੁਹਾਡੇ ਵੀ ਗੋਲੀ ਲੱਗੀ ਸੀ ਕੰਮ ਕਰ ਲੈਣਾ। ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਪਿੱਛਾ ਕੀਤਾ ਗਿਆ ਸੀ ਤੁਹਾਡੇ ਵੱਲੋਂ ਸਰ ਇਹਨਾਂ ਦਾ? ਕਾਫੀ ਦੇਰ ਦੇ ਅਸੀਂ ਚੇਸ ਕਰ ਰਹੇ ਸੀ ਇਹਨਾਂ ਨੂੰ। ਹਾਂਜੀ ਸੁਨੀਲ ਜੀ ਹਾਂਜੀ ਕੀ ਪੂਰਾ ਕਿਵੇਂ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ? ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਆਲਰੇਡੀ ਇਹ ਬੰਦਿਆਂ ਨੇ ਕਾਫੀ ਵਾਰਦਾਤਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੀਤੀਆਂ ਸੀਗੀਆਂ ਜਿਹੜੀਆਂ ਕਿ ਕਾਫੀ ਸਨਸਨੀਖੇਜ਼ ਸੀਗੀਆਂ। ਇਹਨਾਂ ਦੇ ਪਿੱਛੇ ਕਾਫੀ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਟੀਮਸ ਬਣੀਆਂ ਹੋਈਆਂ ਸੀਗੀਆਂ, ਸਾਡੀਆਂ ਸੀਨੀਅਰ ਅਫਸਰ ਸਾਡੇ ਨਾਲ ਸੀ। ਉਹਦੇ ਲੜੀ ਦੇ ਵਿੱਚ ਹੀ ਅਸੀਂ ਅੱਜ ਇੱਥੇ ਸਪੈਸ਼ਲ ਇਹਨੂੰ ਟਾਰਗੇਟ ਕਰਨ ਲਈ ਇਹਨੂੰ ਅਰੈਸਟ ਕਰਨ ਲਈ ਇੱਥੇ ਪਹੁੰਚੇ ਹੋਏ ਸੀ। ਜਿਹਨੇ ਫਾਇਰ ਕੀਤਾ ਤਾਂ ਸਾਨੂੰ ਪੁਲਿਸ ਨੂੰ ਆਪਦੇ ਸੈਲਫ ਡਿਫੈਂਸ ਵਿੱਚ ਰਿਟੈਲੀਟਰੀ ਫਾਇਲ ਕਰਨਾ ਪਿਆ। ਥੋੜੇ ਡਿਟੇਲ ਦੱਸੋਗੇ ਕਿਹੜੇ ਕਿਹੜੇ ਜ਼ਿਆਦਾ ਸੰਗੀਨ ਮਾਮਲੇ ਦਰਜ ਸੀ ਇਹਨਾਂ ਦੇ? ਇਹਨਾਂ ਤੇ ਕਾਫੀ ਮੁਕੱਦਮੇ ਦਰਜ ਨੇ। ਤੁਸੀਂ ਇੱਕ 8 ਤਰੀਕ ਨੂੰ ਜਮਾਲਪੁਰ ਦੇ ਵਿੱਚ ਜਿਹੜਾ ਮੈਡੀਕਲ ਸ਼ਾਪ ਦੇ ਉੱਤੇ ਗੋਲੀ ਚਲਾਈ ਸੀ ਬੰਦੇ ਦੇ ਪੈਰ 'ਚ ਵੱਜੀ ਸੀ, ਇੱਕ ਪਰਸੋਂ 11 ਤਰੀਕ ਨੂੰ ਸ਼ਰਾਬ ਦਾ ਕਰਿੰਦਾ ਸੀ ਉਹਦੇ ਗੋਲੀ ਵੱਜੀ ਸੀ। ਕਾਫੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸੀ। ਅੱਛਾ ਅੱਜ ਕਿਵੇਂ ਲੀਡ ਮਿਲੀ ਪੁਲਿਸ ਨੂੰ ਕਿ ਇੱਥੇ ਹੁੰਦਾ ਪਿਆ ਸੁਖਦੀਪ ਸਿੰਘ ਵਿੱਕੀ? ਉਹ ਸੀਕ੍ਰੀਟ ਇਨਫੋਰਮੇਸ਼ਨ ਸੀ। ਤੇ ਇਹਦੇ ਪਹਿਲੇ ਵੀ ਕਈ ਸਾਥੀ ਪਕੜੇ ਹੋਏ ਨੇ, ਕਿੰਨਾ ਕੁ ਗੈਂਗ ਸੀ ਵੱਡਾ, ਕਿੰਨੇ ਪਹਿਲੇ ਸਾਥੀ ਗ੍ਰਿਫਤਾਰ ਕੀਤੇ ਫਿਰ? ਇਹਨਾਂ ਦੇ ਆਲਰੇਡੀ 3 ਦੋਸ਼ੀ ਜਿਹੜੇ ਨਾਲ ਦੇ ਨੇ ਇਹਦੇ ਉਹ ਗ੍ਰਿਫਤਾਰ ਹੋ ਚੁੱਕੇ ਨੇ, ਇੱਕ ਇਹ ਨਿਊਟਰਲਾਈਜ਼ ਹੋ ਚੁੱਕਾ। ਇਹਨਾਂ ਕੋਲ ਕੋਈ ਬਰਾਮਦ ਵੀ ਹੋਇਆ ਅਸਲਾ ਇਸ ਦੇ? ਹਾਂ, ਇਹਦੇ ਕੋਲੋਂ ਇੱਕ ਪਿਸਟਲ 32 ਬੋਰ ਬਰਾਮਦ ਹੈ। ਇੰਪੋਰਟਡ ਹੈ ਕਿ ਮਤਲਬ ਇੱਥੇ ਵਿਦੇਸ਼ ਨਹੀਂ ਕੰਟਰੀ ਮੇਡ? ਕਿਉਂਕਿ ਪਹਿਲੇ ਵੀ ਦੋ ਗੈਂਗਸਟਰਾਂ ਨੂੰ ਟੇਰ ਕੀਤਾ ਸੀ, ਉਹਨਾਂ ਕੋਲੋਂ ਇੰਪੋਰਟਡ ਅਸਲਾ ਮਿਲਿਆ ਸੀ, ਇਹਦੇ ਕੋਲੋਂ ਕਿਸ ਤਰ੍ਹਾਂ ਦੇ ਮਿਲਿਆ? ਇਹਦੇ ਕੋਲੋਂ ਕੰਟਰੀ ਮੇਡ ਪਿਸਟਲ ਮਿਲਿਆ 32 ਬੋਰ। ਪੁਲਿਸ ਜਾਂਚ ਕਰ ਰਹੀ ਹੈ ਵੀ ਕਿਵੇਂ ਇਹਨਾਂ ਦੇ ਤੱਕ ਅਸਲਾ ਪਹੁੰਚਿਆ ਲੁਟੇਰਿਆਂ ਤੱਕ? ਬਿਲਕੁਲ ਸਾਰਾ ਕੁਝ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ, ਉਹ ਅਸੀਂ ਕਰਾਂਗੇ ਤੇ ਮਾਨਯੋਗ ਸੀਪੀ ਸਾਹਿਬ ਤੁਹਾਨੂੰ ਬਾਅਦ ਵਿੱਚ ਦੁਬਾਰਾ ਇਹਦੇ ਬਾਰੇ ਦੱਸਣਗੇ। ਜਿਹੜਾ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਉਹਦਾ ਨਾਮ ਕੀ? ਇਹ ਅਸਲ ਹੈ ਕਿ ਏਐਸਆਈ ਦਲਜੀਤ ਸਿੰਘ ਹੈ ਮੇਰੇ ਨਾਲ ਅਟੈਚ ਸੀ ਉਹ। ਹਾਂਜੀ, ਉਹਦੇ ਲੈਫਟ ਥਾਈ ਤੇ ਗੋਲੀ ਲੱਗੀ ਹੈ। ਕਿੰਨੀਆਂ ਟੀਮਾਂ ਪਿੱਛਾ ਕਰ ਰਹੀਆਂ ਸੀ? ਕਾਫੀ ਟੀਮਾਂ ਲੱਗੀਆਂ ਹੋਈਆਂ ਸੀਗੀਆਂ, ਸਾਰੇ ਸੀਪੀ ਸਾਹਿਬ ਦੇ ਅਨੁਸਾਰ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਤੇ ਜਿਹਦੇ ਵਿੱਚ ਇਹਨਾਂ ਨੂੰ ਅਸੀਂ ਅੱਜ ਲੜੀ ਦੇ ਵਿੱਚ ਇਹਨੂੰ ਨਿਊਟਰਲਾਈਜ਼ ਕੀਤਾ ਗਿਆ। ਜੀ ਭਾਈ ਯਾਰ, ਮਾਨਯੋਗ ਸੀਐਮ ਸਾਹਿਬ ਵੱਲੋਂ ਇਹ ਸਖਤ ਹਿਦਾਇਤ ਹੈ ਕਿ ਪੰਜਾਬ 'ਚ ਜਿਹੜਾ ਗੈਂਗਸਟਰ ਮਾਰਦਾ ਹੈ ਉਹਨੂੰ ਖਤਮ ਕਰਨਾ ਹੈ, ਐਂਡ ਉਹਦੇ ਤਹਿਤ ਪੁਲਿਸ ਪਾਰਟੀ ਇਹ ਗੈਂਗ ਦੇ ਪਿੱਛੇ ਕਾਫੀ ਟਾਈਮ ਤੋਂ ਲੱਗੀ ਹੋਈ ਸੀਗੀ ਔਰ ਇਹਨਾਂ ਨੇ ਕਾਫੀ ਵਾਰਦਾਤ ਨੂੰ ਪਿੱਛੇ ਅੰਜਾਮ ਦਿੱਤਾ ਸੀਗਾ, ਕਾਫੀ ਬੰਦਿਆਂ ਨੂੰ ਗੋਲੀ ਮਾਰ ਕੇ ਇਹਨਾਂ ਨੇ ਲੁੱਟਿਆ ਸੀਗਾ। ਸਾਡੀ ਜਿਹੜੀ ਪੁਲਿਸ ਪਾਰਟੀ ਹੈਗੀ ਹੈ DCPR ADCP4 ਐਂਡ CIA ਬੇਅੰਤ ਸਿੰਘ, ਇਹਨਾਂ ਦੀ ਟੀਮ ਇਹਨਾਂ ਦੇ ਮਗਰ ਲੱਗੀ ਹੋਈ ਸੀਗੀ ਐਂਡ ਤਿੰਨ ਬੰਦੇ ਅਸੀਂ ਆਲਰੇਡੀ ਅਰੈਸਟ ਕਰ ਚੁੱਕੇ ਐਂਡ ਜਿਹੜਾ ਚੌਥਾ ਇਹ ਸੁਖ ਵਿੱਕੀ ਸੁਖਦੇਵ ਐਲੀਅਸ ਵਿੱਕੀ ਸੀਗਾ, ਇਹਨੂੰ ਵੀ ਪੁਲਿਸ ਪਾਰਟੀ ਚੇਜ ਕਰ ਰਹੀ ਸੀਗੀ। ਕਾਫੀ ਡੈਸਪਰੇਟਡ ਕ੍ਰਿਮੀਨਲ ਸੀਗਾ, ਜਦੋਂ ਇਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਐਂਡ ਸਾਡਾ ਇੱਕ ASI ਦਲਜੀਤ ਸਿੰਘ ਹੈ ਉਹ ਜ਼ਖਮੀ ਹੋਇਆ। ਪੁਲਿਸ ਨੇ ਆਪਣੇ ਬਚਾਓ ਪਕਸ ਮੇ ਜਿਹੜਾ ਕਰੋਸ਼ ਫਾਇਰ ਕੀਆ, ਕਰੋਸ਼ ਫਾਇਰਿੰਗ ਦੇ ਦੌਰਾਨ ਉਹ ਮੌਕੇ ਤੇ ਨਿਊਟਰਲਾਈਜ਼। ਸਰ, ਇਸ ਤੋਂ ਪਹਿਲੇ ਕਿੰਨੇ ਮਾਮਲੇ ਦਰਜ ਹੈ? ਕਾਫੀ ਮਾਮਲੇ, 25 ਤੋਂ ਜ਼ਿਆਦਾ ਇਹਨਾਂ ਦੇ, 25 ਤੋਂ 28 ਇਹਨਾਂ ਦੇ ਉੱਪਰ FIR। ਸਰ, ਲੁਧਿਆਣਾ ਮੇਂ ਇਹਨਾਂ ਨੇ ਕੌਣ ਕੌਣ ਸੀ ਵਾਰਦਾਤ ਕੀ? ਇਹਨਾਂ ਨੇ ਅਭੀ ਰੀਸੈਂਟਲੀ ਵੀ ਚਾਰ ਪੰਜ ਵਾਰਦਾਤ ਕੀਤੀ ਹੈਗੀ, 307 ਦੀ FIR ਹੋਈ ਹੈ, ਉਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਮੇਂ ਖੰਨੇ ਮੇਂ ਵੀ ਇਹਨਾਂ ਦੇ ਕਾਫੀ FIR। ਸਰ, CIA ਇੰਚਾਰਜ ਬੇਅੰਤ ਜੀ ਕੇ ਵੀ ਪਤਾ ਚੱਲਾ ਕਿ ਗੋਲੀ ਲੱਗੀ ਸੀ? ਉਹ ਫੋਰਚੂਨੇਟਲੀ ਮਤਲਬ ਉਹਨਾਂ ਨੇ ਬੁਲੇਟ ਪਰੂਫ ਜੈਕਟ ਪਹਿਨੀ ਹੋਈ ਸੀਗੀ, ਇੱਕ ਫਾਇਰ ਸਿੱਧਾ ਉਹਨਾਂ ਦੇ ਆ ਕੇ ਸਿੱਧਾ ਬੁਲੇਟ ਪਰੂਫ ਜੈਕਟ ਦੇ ਚੈਸਟ 'ਤੇ ਲੱਗਿਆ। ਸਰ, ਇਹ ਮੱਛੀਵਾੜੇ ਦਾ ਰਹਿਣ ਵਾਲਾ। ਅੱਛਾ, ਮੱਛੀਵਾੜੇ ਪ੍ਰੋਪਰ। ਸਰ, ਇਹਦੇ ਟੋਟਲ ਕਿੰਨੀਆਂ ਗੋਲੀਆਂ ਲੱਗੀਆਂ? ਤਕਰੀਬਨ ਮਤਲਬ ਅਜੇ ਤੋਂ ਨਹੀਂ ਕਹਿ ਸਕਦੇ, ਉਹ ਤਾਂ ਫੋਰੈਂਸਿਕ ਪੋਸਟਮਾਰਟਮ ਹੋਏਗਾ, ਉਸ ਤੋਂ ਬਾਅਦ ਹੀ ਕਹਿ ਸਕਦੇ। ਪਰ ਤਕਰੀਬਨ 18 ਤੋਂ 20 ਦੋਨੋਂ ਤਰਫ ਤੋਂ ਫਾਇਰ ਹੋਏ ਨੇ, ਜੋ ਤੱਕ ਮੌਕੇ ਦੇ ਮੁਤਾਬਿਕ ਜੋ ਲੱਗਦਾ। ਇਹਦੇ ਕੋਲੇ ਕਿਹੜਾ ਵੈਪਨ ਹੋਈਗਾ ਸਰ? ਇਹਦੇ ਕੋਲੇ ਵੈਪਨ ਹੈ ਉਹ 32 ਬੋਰ ਦਾ ਹੈਗਾ, ਬਾਕੀ ਫੋਰੈਂਸਿਕ ਦੀ ਟੀਮ ਆਈ ਹੈ, ਉਹ ਜਾਂ ਉਸ ਤੋਂ ਬਾਅਦ ਹੀ ਸਾਰੀ ਡਿਟੇਲ ਦੱਸ ਪਾਵਾਂਗੇ। ਸਰ, ਕੋਈ ਗ੍ਰਿਫਤਾਰੀ ਵੀ ਹੋਈ ਹੈ? ਹਾਂ, 3 ਗ੍ਰਿਫਤਾਰੀਆਂ ਹੋਈਆਂ ਜੀ ਉਹਨਾਂ ਦੀ। ਸਰ, ਉਹਨਾਂ ਕੇ ਕੀ ਨਾਮ ਹੈ ਜੋ 3 ਗ੍ਰਿਫਤਾਰ? ਉਹ ਅਸੀਂ ਤਾਂ ਤੁਹਾਨੂੰ ਲੇਟਰ ਔਨ ਰਿਵੀਲ ਕਰਾਂਗੇ ਜੀ। ਉਹ ਕਿੰਨੇ ਰਾਊਂਡ ਫਾਇਰਿੰਗ ਹੋਈ ਹੈ? ਤਕਰੀਬਨ ਦੋਨੋਂ ਸਾਈਡ ਤੇ ਮੈਂ ਦੱਸਿਆ ਕਿ ਜੋ ਮੌਕੇ ਦੇ ਮੁਤਾਬਿਕ 18 ਤੋਂ 20 ਰਾਊਂਡ ਫਾਇਰ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ,
ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।